ਜਿਹੜੇ ਕੋਲੀ ਸਾਹਿਬ ਹੁਣ ਐਮਐਲਏ ਬਣੇ ਹੋਏ ਨੇ ਉਹ ਸ਼ਹਿਰ ਦੇ ਮੇਅਰ ਵੀ ਰਹੇ ਨੇ ਉਹਨਾਂ ਨੂੰ ਤਾਂ ਇਹ ਗੱਲ ਆਪ ਸਮਝ ਆਣੀ ਹੋਣੀ ਚਾਹੀਦੀ ਸੀ ਕਿ ਉਹਨਾਂ ਦੀ ਹਕੂਮਤ ਹੈ ਉਹ ਸਾਰੇ ਕੰਮ ਕਰਵਾ ਰਹੇ ਨੇ ਕਿ ਸਭ ਤੋਂ ਪਹਿਲੇ ਸੀ ਕਿ ਡਰੇਨਾਂ ਨੂੰ ਸਾਫ਼ ਕਰਵਾਉਂਦੇ ਉਹ ਦੇਖੋ ਸਾਰੇ ਸ਼ਹਿਰ 'ਚ ਇੱਥੇ ਤਾਂ ਫਿਰ ਵੀ ਸਾਫ਼ ਨਹੀਂ ਕੀਤਾ ਹੋਇਆ ਪਾਣੀ ਆ ਰਿਹਾ ਹੈ ਪਰ ਜਿਸ ਤਰ੍ਹਾਂ ਸੰਜੇ ਕਾਲਨੀ ਔਰ ਅੰਦਰ ਸ਼ਹਿਰ 'ਚ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਭਰਿਆ ਹੋਇਆ ਇਹ ਸਾਲ ਪਾਣੀ ਆਉਂਦਾ ਸੀ 10-15 ਮਿੰਟਾਂ 'ਚ ਨਿਕਲ ਜਾਂਦਾ ਸੀ ਕਿਉਂਕਿ ਜਿਹੜੇ ਸੀਵਰ ਨੇ ਸਾਰੇ ਸਾਫ਼ ਕੀਤੇ ਹੁੰਦੇ ਸੀ ਜੇਕਬ ਡਰੇਨ ਵੀ ਸਾਫ਼ ਸੀ ਹੁਣ ਜੇਕਬ ਡਰੇਨ 'ਚ ਵੀ 7-8 ਫੁੱਟ ਗੰਦਗੀ ਉਹ ਸਿਲਟ ਭਰੀ ਪਈ ਹੈ ਤਾਂ ਇਹਨਾਂ ਨੂੰ ਮਹੀਨਾ ਪਹਿਲੇ ਬਰਸਾਤਾਂ ਤੋਂ ਸਾਰੀਆਂ ਡਰੇਨਾਂ ਸਾਫ਼ ਕਰਨੀਆਂ ਚਾਹੀਦੀਆਂ ਹੁਣ ਬਹੁਤ ਬੁਰਾ ਹਾਲ ਹੈ ਸ਼ਹਿਰ ਦੇ ਵਿੱਚੋਂ ਹੀ ਆਏ ਹਾਂ ਅਸੀਂ ਸ਼ਹਿਰ ਤੋਂ ਘੁੰਮ ਕੇ ਜੀ ਨਦੀ 'ਚ ਪਾਣੀ ਹੋਰ ਭਰਾਉਂਦੇ ਤੇ ਆਸ ਪਾਸ ਜਿਹੜੇ ਹੈਗੇ ਜਿਹੜੇ ਘਰ ਕਾਫੀ ਰਿਹਾਇਸ਼ੀ ਏਰੀਆ ਵੀ ਹੈਗਾ ਤਾਂ ਉਹਨਾਂ ਨੂੰ ਕਾਫੀ ਨੁਕਸਾਨ ਹੋਣਾ ਨੁਕਸਾਨ ਹੋਊਗਾ ਘੱਗਰ ਦਾ ਪਾਣੀ ਇੱਥੋਂ ਸਨੌਰ ਦਾ ਵੀ ਪਾਣੀ ਟਾਂਗਰੀ ਦਾ ਵੀ ਆਉਂਦਾ ਸਾਰੇ ਇਕੱਠੇ ਹੋ ਕੇ ਇਹ ਨਿਕਲਦੇ ਨੇ ਪਰ ਇਮੀਡੀਏਟ ਜਿਹੜਾ ਸਭ ਤੋਂ ਬੁਰੀ ਹਾਲਤ ਹੈ ਉਹ ਸ਼ਹਿਰ ਦੀ ਬੁਰੀ ਹਾਲਤ ਹੈ ਤੁਸੀਂ ਜਾ ਕੇ ਦੇਖੋ ਕਿੰਨਾ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਬੱਚੇ ਨਹੀਂ ਆ ਸਕਦੇ ਅਸੀਂ ਹੁਣੇ ਉੱਥੋਂ ਹੀ ਆਏ ਹਾਂ ਸੰਜੇ ਕਾਲਨੀ ਵਗੈਰਾ ਤੋਂ ਕੀਤੀ ਤਾਂ ਹੈ ਗੱਲ ਪ੍ਰਸ਼ਾਸਨ ਨਾਲ ਕਿਤੇ ਕਿਤੇ ਤਾਂ ਕੱਢ ਰਹੇ ਨੇ ਪੰਪ ਦੇ ਨਾਲ ਪਰ ਇਹਦਾ ਇਹਨਾਂ ਨੂੰ ਪਹਿਲੇ ਦੇਖਣਾ ਚਾਹੀਦਾ ਸੀ ਔਰ ਮੈਂ ਤਾਂ ਕਹਿੰਦੀ ਹਾਂ ਕਿ ਜੇ ਕੋਲੀ ਸਾਹਿਬ ਹੁਣ ਐਮਐਲਏ ਬਣੇ ਹੋਏ ਨੇ ਉਹ ਸ਼ਹਿਰ ਦੇ ਮੇਅਰ ਵੀ ਰਹੇ ਨੇ ਉਹਨਾਂ ਨੂੰ ਤਾਂ ਇਹ ਗੱਲ ਆਪ ਸਮਝ ਆਉਣੀ ਹੋਣੀ ਚਾਹੀਦੀ ਸੀ ਕਿ ਉਹਨਾਂ ਦੀ ਹਕੂਮਤ ਹੈ ਉਹ ਸਾਰੇ ਕੰਮ ਕਰਵਾ ਰਹੇ ਨੇ ਕਿ ਸਭ ਤੋਂ ਪਹਿਲੇ ਸੀ ਕਿ ਡਰੇਨਾਂ ਨੂੰ ਸਾਫ਼ ਕਰਵਾਉਂਦੇ ਹੋ